पठानकोट विखे चार मरला क्वार्टर च शराबी हालत च एक व्यक्ति वालों घर च दाखिल हो के महिला दी मारकुट करन दा मामला सामने आया। पीड़ित महिला ने दस्या कि वह अपने छोटे बेटे अते बेटी दे नाल घर च सी। इन्ने च ही कांग्रेस सेवा दल दा चीफ इंद्रजीत सिंह जदों उस कोलों आ के पैसे मंगण लगा तां उसने कहा कि हुण पैसियां दा कोई लैण देण नहीं है, जिसके चलदिया इंद्रजीत ने उसकी बेरहमी नाल मारकुट करनी शुरू कर दी अते हेठा सुट दिता। जदों मोहल्ले दियां औरतां ने उसनूं बचाउण दी कोशिश कीती तां उह असमर्थ रहियां। इन्ने च ही कांग्रेस सेवा दल दा जिला प्रधान दीपू आया तां उसने बचाया अते दस्या कि उसने इस संबंधी शिकायत डिवीजन नंबर 2 च वी कीती है, लेकिन 3 दिन बीत जाण ते पुलिस वल्लों उहनां नूं अजे कोई जानकारी हासिल नहीं होई, जिस नूं लै के उसने प्रशासन तों इंसाफ दी गुहार लगाई। ਇਹਦਾ ਮੁੱਖ ਕਰਨ ਵਾਸਤੇ ਇਸ ਤਰ੍ਹਾਂ ਹੀ ਅਸੀਂ ਘਰ ਬੈਠੇ ਡਿਸਟ੍ਰਿਕਟ ਜੀ ਵੀ ਸ਼ਰਾਬ ਪੀਂਦਾ ਕਦੀ ਆ ਜਾਂਦੇ ਸੀ, ਆਣ ਜਾਣ ਤੇ ਇਹਨਾਂ ਦਾ ਹੈ ਸੀ ਤੇ ਹੁਣ 1.5 ਸਾਲ ਤੋਂ ਬਹੁਤ ਘਟਾ ਦਿੱਤਾ ਸੀ। ਇਹ ਘੜੀ ਮੁੜੀ ਕਹਿੰਦੇ ਮੈਨੂੰ ਪੈਸੇ ਦੇ, ਮੈਨੂੰ ਪੈਸੇ ਦੇ, ਮੈਨੂੰ ਪੈਸੇ ਦੇ। ਮੇਰਾ ਇਹਦਾ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੈਗਾ ਸੀ, ਇਹਦਾ ਪੈਸੇ ਦਾ ਕੋਈ ਲੈਣ ਦੇਣ ਨਹੀਂ ਸੀ ਹੈਗਾ, ਜੋ ਲੈਦਾ ਸੀ ਉਹ ਦੇ ਦਿੱਤੇ ਦਾ। ਬਸ ਇਹ ਮੈਨੂੰ ਪਰੇਸ਼ਾਨ ਕਰਦੇ ਸੀ ਵਾਰ ਵਾਰ, ਮੇਨ ਗੱਲ ਮੈਨੂੰ ਪੈਸੇ ਦਾ ਲੈਣ ਦੇਣ ਦਾ ਨਹੀਂ। ਇਹ ਮੁੱਦਾ ਮੇਰਾ ਸਿਰਫ ਮੈਨੂੰ ਮਾਰਿਆ ਅੰਦਰ ਆ ਕੇ ਘਰ ਚ, ਮੇਰਾ ਘਰ ਵਾਲਾ ਘਰ ਨਹੀਂ, ਮੇਰਾ ਛੋਟਾ ਜਿਹਾ ਬੱਚਾ ਘਰ ਸੀ, ਇਹਨਾਂ ਨੇ ਮੈਨੂੰ ਮਾਰਿਆ। ਮੈਨੂੰ ਸਿਰਫ ਇਸ ਵਕਤ ਮੈਨੂੰ ਮਾਰਿਆ ਕਿਉਂ ਆ, ਮੇਰੀ ਮਾਂ ਦੇ ਦਰਬਾਰ ਨੂੰ ਇੱਥੇ ਗਲਤ ਮੁਲਤ ਗੰਦੀਆਂ ਗਾਲਾਂ ਕੱਢੀਆਂ ਗਈਆਂ, ਕਿਉਂ ਕੱਢੀਆਂ? ਮੇਰੀ ਮਾਂ ਭੈਣ ਨੂੰ ਵੀ ਕੱਢੀਆਂ ਔਰ ਮੇਰੀ ਮਾਂ ਅੰਦਰ ਬੈਠੀ ਜਿਹੜੀ ਉਹਨੂੰ ਵੀ ਕੱਢੀਆਂ। ਮੈਂ ਪ੍ਰਸ਼ਾਸਨ ਦਾ ਹੀ ਮੰਗ ਕਰਨੀ ਆ ਕਿ ਮੇਰੇ IAS ਗੁਲਾਟੀ ਨੇ ਜਿਹੜਾ ਮੇਰੇ ਤੇ ਹੱਥ ਚੁੱਕਿਆ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ। ਐਕੋ ਮੈਂ DSP ਸਾਹਿਬ ਕੋ, SP ਸਾਹਿਬ ਕੋ ਇਹੀ ਗੁਜ਼ਾਰਿਸ਼ ਕਰਨੀ ਆ ਕਿ ਇਹਨੂੰ ਸਜ਼ਾ ਦਿਓ। ਇਹਨੂੰ ਮੈਂ ਇਹਨੂੰ ਛੱਡਣਾ ਨਹੀਂ ਹੈਗਾ, ਮੈਂ ਪਿੱਛੇ ਨਹੀਂ ਹਟਣਾ, ਕਿਉਂਕਿ ਮੇਰੀ ਇੱਜ਼ਤ ਦਾ ਸਵਾਲ ਹੈ। ਅੱਜ ਮੈਂ ਆ, ਕੱਲ ਹੋਰ ਵੀ ਨੂੰਹਾਂ ਧੀਆਂ ਦੇ ਹੱਥ ਚੁੱਕ ਸਕਦੇ ਨੇ, ਜੱਜ ਇਹਨੂੰ ਛੱਡ ਦਿੱਤਾ ਤੇ ਕੱਲ ਨੂੰ ਹਰ ਇੱਕ ਦਾ ਹੌਸਲਾ ਵੱਧ ਜਾਏਗਾ। ਕੱਲ ਨੂੰ ਕੋਈ ਵੀ ਮੇਰੇ ਘਰ ਆ ਕੇ ਲੱਲੂ ਪੰਜੂ ਹੱਥ ਚੁੱਕੇਗਾ। ਤੇ ਇਹਨਾਂ ਦੀ ਅੰਦਰੋਂ ਹੱਥਬਾਜੀ ਹੋਈ ਹੋਈ ਸੀ, ਉਹਨਾਂ ਨੇ ਵੱਲੋਂ ਵਾਲ ਫੜ ਕੇ ਅੰਦਰੋਂ ਬਾਹਰ ਲਿਆਂਦਾ ਇਹਨੂੰ। ਇੰਨੀ ਮਾਰ ਕਟਾਈ ਉਹਨਾਂ ਨੇ ਇਹਨੂੰ ਕੀਤੀ ਹੈ ਕਿ ਜਿਹੜਾ ਮਰਜ਼ੀ ਆ ਕੇ ਲੇਡੀ ਦੇ ਹੱਥੇ ਪੈ ਸਕਦਾ, ਜਿਹੜਾ ਮਰਜ਼ੀ ਬਾਹਰ ਦਾ ਆ ਕੇ ਜਨਾਨੀ ਦੇ ਹੱਥੇ ਪੈ ਸਕਦਾ। ਇਹ ਗਲਤ ਹੈ, ਇਹ ਜੇ ਸਾਨੂੰ ਸਰਕਾਰ ਕੋਲ ਇਨਸਾਫ ਨਹੀਂ ਮਿਲਿਆ, ਇਹ ਮਾੜੀ ਹੈ, ਸਾਡੀ ਜਨਾਨੀ ਨੂੰ ਹਮੇਸ਼ਾ ਨੀਚੇ ਹੀ ਲੱਗਣਾ ਪੈਣਾ। ਪਰ ਅਸੀਂ ਚਾਹੁੰਦੇ ਹਾਂ ਸਰਕਾਰ ਸਾਨੂੰ ਇਨਸਾਫ ਦੇ, ਜਿਹੜੇ ਬੰਦੇ ਹੱਥ ਚੁੱਕਦੇ ਆ, ਜਿਹੜੇ ਬੰਦੇ ਜਨਾਨੀਆਂ ਤੇ ਇਹੋ ਜਿਹੇ ਕੰਮ ਕਰਦੇ ਆ, ਉਹਨਾਂ ਨੂੰ ਜਾ ਤੋਂ ਜਾ ਸਕਦੇ ਰੀਤੂ ਭਾਬੀ ਜੀ ਨੂੰ ਇਨਸਾਫ ਮਿਲੇ ਕਿ ਦੁਬਾਰਾ ਕੋਈ ਵੀ MLA ਚਾਹੇ ਚੀਫ ਮਿਨਿਸਟਰ ਜਿਹੜਾ ਮਰਜ਼ੀ ਹੋਵੇ, ਉਹ ਇਹੋ ਜਿਹੀ ਜਨਾਨੀ ਨਾਲ ਕੋਈ ਹਰਕਤ ਨਹੀਂ ਕਰੇਗਾ ਜਿਹਦੇ ਨਾਲ ਉਹਨਾਂ ਨੂੰ ਜਨਾਨੀ ਨੂੰ ਹਮੇਸ਼ਾ ਗੱਲਾਂ ਸੁਣੇ ਪੈਣ, ਗਾਲਾਂ ਕੱਢੇ ਪੈਣ। ਇਹ ਬਿਲਕੁਲ ਬੇਇਨਸਾਫੀ ਹੈ, ਸਾਨੂੰ ਇਨਸਾਫ ਚਾਹੀਦਾ ਜਨਾਨੀਆਂ ਲਈ। ਜਨਾਨੀ ਲਈ ਕੋਈ ਜਨਾਨੀ ਖੜੀ ਹੋਣੀ ਚਾਹੀਦੀ, ਜਿਹਦੇ ਲਈ ਸਾਨੂੰ ਜਨਾਨੀ ਕੋਲ ਜਾਣਾ ਹੋਵੇ, ਬੰਦਿਆਂ ਕੋਲ ਨਾ ਜਾਣਾ ਹੋਵੇ। ਪੁਲਿਸਾਂ ਕੋਲ ਵੀ ਗਏ ਨੇ, ਪੁਲਿਸਾਂ ਨੇ ਕੋਈ ਇਨਸਾਫੀ ਨਹੀਂ ਕੀਤੀ। ਇੱਥੇ ਤੱਕ ਮੈਂ ਵੀ ਗਈ, ਪਰ ਮੈਨੂੰ ਵੀ ਕਦੀ ਇਨਸਾਫ ਨਹੀਂ ਮਿਲਿਆ। ਮੈਂ ਚਾਹੁੰਦੀ ਹਾਂ ਕਿ ਸਾਡੇ ਵਾਸਤੇ ਇਹੋ ਜਿਹੀ ਲੇਡੀਜ਼ ਖੜੀ ਕੀਤੀ ਜਾਵੇ ਜਿਹਦੀ ਬੰਦੇ ਨਾਲ ਜਨਾਨੀ ਮੁਕਾਬਲਾ ਕਰ ਸਕੇ ਤੇ ਇਹਨਾਂ ਦਾ ਮੂੰਹ ਬੰਦ ਕਰ ਸਕੇ ਤੇ ਆਪਣੇ ਹੱਕ ਦੇ ਲੜ ਸਕੇ। ਮੈਂ ਇਹੀ ਤੁਹਾਡੇ ਗੁਜ਼ਾਰਿਸ਼ ਕਰਦੀ ਹਾਂ ਕਿ ਸਾਨੂੰ ਲੇਡੀਜ਼ ਨੂੰ ਇਨਸਾਫ ਚਾਹੀਦਾ, ਮਹੱਲਾ ਤਮਾਸ਼ਾ ਚਾਹੀਦਾ। ਜਿਹੜੀ ਜਨਾਨੀ ਨਾਲ ਬੇਇਨਸਾਫੀ ਹੋਏਗੀ ਉਹ ਇਕੱਲੀ ਲੜੇ, ਔਰ ਸਾਨੂੰ ਇੱਕ ਲੇਡੀਜ਼ ਕੇ ਚਾਹੇ ਜੈਂਟਸ ਹੋਏ, ਸਾਨੂੰ ਉਹਨਾਂ ਦੀ ਹੈਲਪ ਦੀ ਲੋੜ ਹੈ। ਅੱਜ ਇਹ ਰਾਤ ਚੁੱਕਿਆ, ਕੱਲ ਸਾਨੂੰ ਵੀ ਸਾਡੇ ਘਰ ਦੇ ਕੋਈ ਵੀ ਜਾਣ ਸਵਾਰ ਦੇ ਕੀ ਸਾਨੂੰ ਮਾਰ ਸਕਦੇ ਆ। ਸਾਡੇ ਨਾਲ ਵੀ ਮਾਰ ਕੜਾਈ ਸਾਡੇ ਬੰਦਿਆਂ ਨੇ ਕੀਤੀ ਦੀ ਆ, ਪਰ ਅਸੀਂ ਫਿਰ ਵੀ ਕਦੀ ਗੁਜ਼ਾਰਿਸ਼ ਕੀਤੀ ਵਾ, ਸਾਨੂੰ ਉੱਥੇ ਵੀ ਇਨਸਾਫ ਨਹੀਂ ਥਾਣੇ ਮਿਲਿਆ। ਫਿਰ ਵੀ ਮੈਂ ਤੁਹਾਨੂੰ ਇਹ ਕਹਿੰਦੀ ਹਾਂ, ਇਸ ਭਾਬੀ ਜੀ ਨੂੰ ਇਨਸਾਫ ਮਿਲੇਗਾ ਤੇ ਦੁਨੀਆਂ ਚ ਕੋਈ ਬੰਦਾ ਵੀ ਕਿਸੇ ਲੇਡੀਜ਼ ਦੇ ਹੱਥ ਨਹੀਂ ਚੁਕਾਉਂਦਾ ਵਾਸਤੇ ਸੋਚੇਗਾ। ਪਠਾਨਕੋਟ ਤੋਂ ਦੀਪਕ ਮਹਾਜਨ ਦੀ ਰਿਪੋਰਟ। ਫ੍ਰੀ ਸੇਵਾ ਫ੍ਰੀ ਸਮਾਧਾਨ, ਫੀਸ ਕਮ ਹੋਣ ਤੋਂ ਬਾਅਦ ਵਿਦੇਸ਼ ਵਿੱਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਪਾਤਸ਼ਾਹ ਤਾਂਤਰਿਕ ਅਮਿਤ ਜੀ, ਮੇਰਾ ਕੀਤਾ ਹੋਇਆ ਚੱਲੇਗਾ 7 ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਨਾਲ ਅਸ਼ਟਾਮ ਪੇਪਰ ਤੇ ਲਿਖ ਕੇ ਲਓ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ ਲਾਟਰੀ ਨੰਬਰ, PR ਸਮੱਸਿਆ, ਵਿਦੇਸ਼ ਵਿੱਚ ਪੱਕੇ ਹੋਣਾ, ਸੌਂਤਣ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਜਾਇਦਾਦ ਵਿੱਚ ਝਗੜਾ, ਮਨਚਾਹਾ ਪਿਆਰ, ਬੱਚਿਆਂ ਦਾ ਕਹਿਣੇ ਤੋਂ ਬਾਹਰ, ਘਰ ਵਿੱਚ ਕਲੇਸ਼ ਕੀਤਾ ਕਰਾਇਆ, ਕਿਸੇ ਨੂੰ ਸ਼ਰਾਬ ਦੀ ਲੱਤ ਤੋਂ ਬਾਹਰ ਕੱਢਣਾ, ਤੁਹਾਡਾ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵੱਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਬਾਹਰ ਕੱਢਣ ਲਈ ਫੋਨ ਕਰੋ ਤਾਂਤਰਿਕ ਅਮਿਤ ਜੀ। ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ। ਸਾਡੀਆਂ ਸੇਵਾਵਾਂ 24 ਘੰਟੇ ਖੁੱਲ੍ਹੀਆਂ ਹਨ। ਫੋਨ ਨੰਬਰ 86751-91313।